हम सुख पाया तसब सुहेले गुरपुरे पिता संग मेले हम सुख पाया तसब है सुहेले गुरपुरे पिता संग मेले गुरपुरे पिता संग मेले पिता संग मेले हम सुख पाया तसब है सुहेले गुरपुरे पिता संग मेले संग मेले हम सुख पाया तसब सुहेले गुरपुरे पिता संग मेले गुरपुरे पिता संग चिरंजीवी भाई हमारे सद ही जीवी बाप हमारा सद चिरंजीवी भाई हमारे सद ही जीवी मीत हमारे सदा अविनाशी मीत हमारे सदा अविनाशी कुटुंब हमारा निज घरवासी कुटुंब हमारा निज घरवासी गुरपुरे पिता संग मेले हम सुख पाया तसब सुहेले गुरपुरे पिता संग मेले गुरपुरे पिता संग मेले गुरपुरे पिता संग मेले हम सुख पाया तसब सुहेले गुरपुरे पिता संग मेले पिता संग मेले
नजर मेरे सब ते ऊचे सब ते ऊचे सब ते ऊचे मंदर मेरे सब ते ऊचे देश मेरे बेअंत पूछे आदेश मेरे मेरे बेअंत पूछे देश मेरे बेअंत पूछे देश मेरे मंदिर मेरे सब ते ऊचे मंदिर मेरे सब ते ऊचे सब ते ऊचे मंदिर मेरे सब ते ऊचे देश मेरे बेअंत पूछे राज हमारा सद ही नहीं चल राज हमारा सद ही नहीं चल माल हमारा अखूट अबेचल माल हमारा अखूट अबेचल गुरुपुरे 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 पिता संग मेले हम सुख पाया तसब सुहेले गुरुपुरे संग मेले गुरुपुरे 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 पिता संग मेले हम सुख पाया हम सुख पाया सब है सुहेले शोभा मेरी सब जुग अंतर बाज हमारी थान थनंतर शोभा मेरी शोभा मेरी सब जुग अंतर हमारी सब नीलो भगवत हमारी सब नीलो गुरुपुरे गुरुपुरे
मेरे गुरपुर है गुरपुर 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 पिता संग मेरे हम सुख पाया हम सुख पाया न सबे सुहे पिता हमारे प्रगटे माज पिता पूत रल कीनी साज पिता हमारे प्रगटे माज पिता प्रगटे माज पिता हमारे प्रगटे माज पिता पूत रल कीनी साज पिता पूत रल साज पिता पूत रल कीनी साज रल कीनी साज रल कीनी साज पिता हमारे प्रगटे माज पिता पूत रल कीनी साज कहो नानक जो पिता पति ने कहो नानक जो पिता पति ने पिता पूत एक रंगली ने पिता एक रंगली ने गुरपुर 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 पिता संग मेरे हम सुख पाया असब सुहे सद ही जीवी ए शब्द जेड़ा ना
ਇਹਦੇ ਵਿੱਚ ਤੁਸੀਂ ਗਾਓ ਦੇ ਨਾਲ ਅਗਰ ਵਕਤੀ ਅਰਥ ਦੇਖਣ ਦਾ ਯਤਨ ਕਰੋਗੇ ਨਾ ਗੁਰੂ ਰੂਪ ਸਾਧ ਸਿੰਘ ਜੀ ਅਤੇ ਤੁਹਾਨੂੰ ਇਹਦੇ 'ਚ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਉਹਨਾਂ ਦੇ ਸਾਹਿਬਜ਼ਾਦਿਆਂ ਦਾ ਜ਼ਿਕਰ ਇੱਕ ਪ੍ਰਕਾਰ ਦੇ ਨਾਲ ਦਿਸੇਗਾ। ਬਾਪ ਹਮਾਰਾ ਸਦ ਚਰਨਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਮੀਤ ਹਮਾਰੇ ਸਦਾ ਅਬਨਾਸੀ, ਕੁਟੰਬ ਹਮਾਰਾ ਨਿੱਜ ਘਰ ਵਾਸੀ। ਉਸ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੰਦਰ ਮੇਰੇ ਸਭ ਤੋਂ ਉੱਚੇ। ਅਗਰ ਗਉ ਦੇ ਨਾਲ ਭਾਵਰਥ ਬਣਾ ਲਈਏ ਤੇ ਕੁਛ ਸਮੇਂ ਤੱਕ ਭਾਵੇਂ ਅਰਥ ਇਹ ਨਹੀਂ ਨੇ ਪਰ ਦੇਖਿਆ ਜਾਏ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਇਹ ਸ਼ਬਦ ਬਿਲਕੁਲ ਟੁੱਕ ਜਾਂਦਾ। ਇਹ ਸ਼ਬਦ ਭਾਈ ਗੁਰਮੇਸ਼ ਸਿੰਘ ਜੀ ਇਹਨਾਂ ਦਿਨਾਂ ਵਿੱਚ ਪੜ੍ਹਦੇ ਹੁੰਦੇ ਸਨ ਜਦੋਂ ਮੈਂ ਉਹਨਾਂ ਦੇ ਨਾਲ ਤਬਲੇ ਦੀ ਸੇਵਾ ਕਰਦਾ ਸੀ। ਬੜਾ ਆਨੰਦ ਰੂਹ ਕਰਕੇ ਇਹ ਚੀਜ਼ ਹਲੂਣਾ ਦਿੰਦੀ ਸੀ ਅੰਦਰ। ਮੰਦਰ ਮੇਰੇ ਸਭ ਤੋਂ ਉੱਚੇ, ਜਦੋਂ ਆਪਾਂ ਕਹਿੰਦੇ ਰਾਜ ਕਰੇ ਤਾਂ ਖਾਲਸਾ ਆ ਕੀ ਰਹੇ ਨਾ ਕੋਈ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੀ। ਉਹ ਨਿਸ਼ਾਨ ਜਿਹੜਾ ਹੈ ਉਹ ਝੁਲਦਾ ਹੀ ਪਿਆ, ਉਹ ਮੰਦਰ ਸਭ ਤੋਂ ਉੱਚਾ ਹੀ ਹੈ ਜਿੱਥੇ ਸੱਚਾਈ ਦਾ ਵਾਸਾ ਹੈ। ਭਾਵੇਂ ਕੋਈ ਵਕਤੀ ਤੌਰ 'ਤੇ ਕੁਝ ਸਮੇਂ ਵਾਸਤੇ ਪ੍ਰਭਾਵ ਬਣਾ ਲਏ ਪਰ ਜਿੱਤ ਜਿਹੜੀ ਉਹ ਸੱਚ ਦੀ ਹੁੰਦੀ। ਗੱਜ ਕੇ ਆਖੋ ਸਤਨਾਮ, ਸੱਚ ਕਦੀ ਅਲੋਪ ਨਹੀਂ ਹੁੰਦਾ। ਕਿਸੇ ਚੀਜ਼ ਨੂੰ ਮੱਧਮ ਕੀਤਾ ਜਾ ਸਕਦਾ, ਖਤਮ ਨਹੀਂ ਕੀਤਾ ਜਾ ਸਕਦਾ। ਜਿਵੇਂ ਕੋਈ ਫੋਟੋ ਸਟੇਟ ਕਰੋ ਇੱਕ ਕਾਪੀ ਤਾਂ ਦੂਸਰੀ ਦੂਸਰੀ ਤੀਸਰੀ ਹੋਵੇ, ਥੋੜ੍ਹੇ ਮੱਧਮ ਪ੍ਰਿੰਟ ਜਿਹੜੇ ਮੱਧਮ ਪੈ ਜਾਂਦੇ ਨੇ ਪਰ ਜਾਂਦਾ ਨਹੀਂ ਉਹਦਾ ਇਮਪ੍ਰਿੰਟ ਜਿਹੜਾ ਇੰਪ੍ਰੈਸ਼ਨ ਜਿਹੜਾ ਉਹ ਰਹਿੰਦਾ ਹੀ ਰਹਿੰਦਾ ਜਾਂਦਾ ਨਹੀਂ। ਸਗੋਂ ਵਕਤ ਤੋਂ ਬਾਅਦ ਸੋ ਜ਼ਿਆਦਾ ਪ੍ਰਬਲ ਹੋ ਕੇ ਪ੍ਰਚੰਡ ਹੋ ਕੇ ਸਾਹਮਣੇ ਪ੍ਰਗਟ ਹੁੰਦਾ। ਜ਼ਫਰਨਾਮੇ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਔਰੰਗਜ਼ੇਬ ਨੂੰ ਇੱਕ ਗੱਲ ਬੜੀ ਗਜ਼ਬ ਦੀ ਕਹੀ, ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬੇਸ਼ੱਕ ਤੂੰ ਫੌਜਾਂ ਦੇ ਪ੍ਰਭਾਵ ਦੇ ਨਾਲ ਵਕਤੀ ਤੌਰ 'ਤੇ ਮੈਨੂੰ ਹਰਾਇਆ ਹੈ ਪਰ ਤੂੰ ਸੋਨੇ ਦਾ ਕਾਂਸਾ ਤੋੜਿਆ। ਸੋਨੇ ਦਾ ਕਾਂਸਾ ਹੁੰਦਾ ਕਿ ਸੋਨੇ ਦਾ ਪਿਆਲਾ, ਸੋਨੇ ਦਾ ਬਰਤਨ। ਅਗਰ ਸੋਨੇ ਦੇ ਬਰਤਨ ਨੂੰ ਤੋੜ ਵੀ ਦਈਏ ਤੇ ਵੀ ਸੋਨੇ ਦੀ ਕੀਮਤ ਨਹੀਂ ਘਟਦੀ ਤੇ ਪੱਥਰ ਜਿਹੜਾ ਉਹ ਨਾ ਟੁੱਟ ਕੇ ਵੀ ਸਾਬਤ ਰਹਿ ਕੇ ਵੀ ਉਹਦੀ ਕੋਈ ਕੀਮਤ ਵੱਧਦੀ ਨਹੀਂ। ਜ਼ਫਰਨਾਮੇ 'ਚ ਬੋਲ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੇ ਔਰੰਗਜ਼ੇਬ ਨੂੰ ਲਿਖੇ ਨੇ, ਕਹਿੰਦੇ ਤੂੰ ਪੱਥਰ ਦੇ ਨਾਲ ਸੋਨੇ ਦਾ ਕਾਂਸਾ ਤੋੜਿਆ ਕੀ ਤੂੰ ਮੇਰੇ ਸਾਹਿਬਜ਼ਾਦੇ ਸ਼ਹੀਦ ਕੀਤੇ ਨੇ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸੁੱਤ ਚਾਰ, ਇਹ ਗੁਰੂ ਗੋਬਿੰਦ ਸਿੰਘ ਨੇ ਤੁਹਾਡੇ ਵੱਲ ਵੇਖ ਕੇ ਇਹ ਗੱਲ ਕਹੀ ਸੀ। ਇਨ ਪੁੱਤਰਨ ਕੇ ਤੁਹਾਡੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹ ਕਹਿੰਦੇ ਤੂੰ ਹੋ ਕੀ ਹੋਇਆ ਅਗਰ ਤੂੰ ਪੱਥਰ ਦੇ ਨਾਲ ਸੋਨੇ ਦਾ ਕਾਂਸਾ ਤੋੜਿਆ, ਸੋਨੇ ਦੇ ਕਾਂਸੇ ਦੇ ਟੁੱਟ ਕੇ ਵੀ ਉਹਦੀ ਕੀਮਤ ਜਿਹੜੀ ਹੈ ਉਹ ਬਰਕਰਾਰ ਰਹਿੰਦੀ, ਉਹਦੀ ਕੀਮਤ ਘਟਦੀ ਨਹੀਂ ਤੇ ਪੱਥਰ ਦੀ ਸਾਬਤ ਰਹਿ ਕੇ ਵੀ ਕੀਮਤ ਜਿਹੜੀ ਵੱਧਦੀ। ਅੱਜ ਤੁਸੀਂ ਦੇਖੋ ਜਿੱਧਰ ਜਾਓ ਜਿੱਧਰ ਦਰਸ਼ਨ ਕਰੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੁਲਵਾੜੀ, ਇੰਗਲੈਂਡ ਚਲ ਜਾਓ, ਅਮੈਰੀਕਾ ਚਲ ਜਾਓ, ਕਿਸੇ ਵੀ ਦੇਸ਼ ਚਲ ਜਾਓ, ਇਹ ਸਿੱਖੀ ਜਿਹੜੀ ਪ੍ਰਫੁੱਲਤ ਤਰ ਪ੍ਰਫੁੱਲਤ ਹੁੰਦੀ ਜਾ ਰਹੀ ਔਰ ਸਿੱਖ ਜਿਹੜੇ ਨੇ ਦਿਨ ਪ੍ਰਤੀ ਦਿਨ ਅਵੇਅਰ ਹੁੰਦੇ ਜਾ ਰਹੇ ਨੇ ਆਪਣੇ ਗੁਰੂ ਪ੍ਰਤੀ, ਕਿਉਂਕਿ ਗੁਰੂ ਜਿਹੜਾ ਹੈ ਇਹ ਪੂਰਨ ਪਰਮਾਤਮਾ ਦੇ ਨਾਲ ਤੁਹਾਡਾ ਮੇਲ ਕਰਾ ਦਿੰਦਾ। ਗੁਰ ਪੂਰੇ ਪਿਤਾ ਸੰਗ ਮੇਲੇ, ਪਿਤਾ ਪਰਮਾਤਮਾ ਨੂੰ ਕਿਹਾ ਅਤੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਮ ਸੁੱਖ ਪਾਇਆ ਤਾਂ ਸਭੇ ਸੁਹੇਲੇ, ਗੁਰ ਪੂਰੇ ਪਿਤਾ ਸੰਗ ਮੇਲੇ, ਪੂਰੇ ਗੁਰੂ ਨੇ ਪਰਮ ਪਿਤਾ ਪਰਮੇਸ਼ਰ ਦਾ ਹੱਥ ਤੁਹਾਡੇ ਹੱਥ ਵਿੱਚ ਫੜਾ ਦੇਣਾ। ਗੁਰੂ ਇੱਕ ਐਸਾ ਬ੍ਰਿਜ ਹੈ ਜਿਹੜਾ ਸੰਸਾਰ ਤੋਂ ਨਿਰੰਕਾਰ ਤੱਕ ਮੇਲ ਦਿੰਦਾ ਹੈ। ਪੂਰੇ ਗੁਰੂ ਤੋਂ ਬਿਨਾਂ ਕੋਈ ਚਾਹਵੇ ਕਿ ਮੈਂ ਉੱਥੇ ਤੱਕ ਪਹੁੰਚ ਜਾਵਾਂ, ਅਪਰੋਚ ਕਰਾਂ, ਨਹੀਂ ਹੋ ਸਕਦਾ। ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹ ਇਸ ਹਫ਼ਤੇ ਦੇ ਵਿੱਚ ਇਹ ਸਾਰੇ ਪੁਰਬ ਇਕੱਠੇ ਆ ਜਾਂਦੇ ਨੇ, ਸ਼ਹੀਦੀ ਪੁਰਬ
ਮਾਤਾ ਗੁਜਰ ਕੌਰ ਜੀ ਦਾ, ਛੋਟੇ ਸਾਹਿਬਜ਼ਾਦਿਆਂ ਦਾ, ਵੱਡੇ ਸਾਹਿਬਜ਼ਾਦਿਆਂ ਦਾ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਔਰ ਨਾਲ ਅਤਿ ਆਦਰਨੀਏ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਬਾਬਾ ਠਾਕੁਰ ਸਿੰਘ, ਉਹਨਾਂ ਦੀ ਯਾਦ ਵਿੱਚ, ਉਹਨਾਂ ਦੀ ਪਾਵਨ ਪਵਿੱਤਰ ਯਾਦ ਅਸੀਂ ਉਸ ਵਿੱਚ ਜੁੜ ਬੈਠੇ ਹਾਂ। ਬੜਾ ਸਤਿਕਾਰ ਕਰਦੇ ਸਨ ਕੀਰਤਨ ਦਾ, ਅੰਦਰ ਬੈਠਿਆਂ ਵੀ ਜਦੋਂ ਰਾਗੀ ਸਿੰਘ ਅੰਦਰ ਵੀ ਕੀਰਤਨ, ਇੱਥੇ ਹਾਲਾਂਕਿ ਪੈਸਾ ਦੇਣਾ, ਭੇਟਾ ਦੇਣੀ ਅਲਾਊਡ ਨਹੀਂ, ਪਰ ਫਿਰ ਵੀ ਰਾਗੀ ਸਿੰਘ ਦੀ ਜੇਬ ਦੇ ਵਿੱਚ ਉਹਨਾਂ ਨੇ ਭੇਟਾ ਪਾ ਦੇਣੀ। ਕੀਰਤਨ ਦਾ ਇਤਨਾ ਮਹਾਨ ਸਤਿਕਾਰ ਸੰਤ ਬਾਬਾ ਠਾਕੁਰ ਸਿੰਘ ਜੀ ਕਰਦੇ ਸਨ, ਔਰ ਸ਼ਬਦ ਦੇ ਨਾਲ ਭਿੱਜੀ ਹੋਈ ਰੂਹ ਸਨ, ਉਹਨਾਂ ਦੀ ਯਾਦ ਵਿੱਚ ਬੈਠੇ ਹਾਂ। ਆਓ ਸ਼ਬਦ ਦੀਆਂ ਪੰਕਤੀਆਂ ਦੇ ਨਾਲ ਫਿਰ ਜੁੜਦੇ ਹਾਂ। ਬਾਪ ਹਮਾਰਾ ਸਦ ਚਰਨਜੀਵੀ, ਕਿਸੇ ਨੂੰ ਖਤਮ ਕਰਕੇ ਅਸੀਂ ਖਤਮ ਨਹੀਂ ਕਰ ਸਕਦੇ, ਕੋਈ ਚਾਹਵੇ ਕਿ ਮੈਂ ਉਹਨਾਂ ਨੂੰ ਖਤਮ ਕੀਤਾ, ਪਰ ਇਤਿਹਾਸ ਦੇ ਪੰਨਿਆਂ ਤੋਂ ਉਹਨਾਂ ਦਾ ਨਾਮ ਕਦੀ ਰਹਿੰਦੀ ਦੁਨੀਆਂ ਤੱਕ ਉਹ ਬਰਕਰਾਰ ਰਹੇਗਾ। ਬਾਪ ਹਮਾਰਾ ਸਦ ਚਰਨਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਬਾਪ ਹਮਾਰਾ ਸਦ ਚਰਨਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਮੀਤ ਹਮਾਰੇ ਸਦਾ ਅਬਿਨਾਸੀ, ਮੀਤ ਹਮਾਰੇ ਸਦਾ ਅਬਿਨਾਸੀ, ਹਮਾਰਾ ਨਿਜ ਘਰ ਵਾਸੀ, ਕੁਟੰਬ ਹਮਾਰਾ ਨਿਜ ਘਰ ਵਾਸੀ, ਗੁਰਪੂਰੈ 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 ਗੁਰਪੂਰੈ, ਪਿਤਾ ਸੰਗ ਮੇਰੇ, ਹਮ ਸੁਖ ਪਾਇਆ ਹਮ ਸੁਖ ਪਾਇਆ, ਤਸਮ ਸੁਹੇਲੇ ਪਰਮਾਤਮਾ ਦੇ ਨਾਲ ਮਿਲ ਸਕਦਾ। ਅਧੂਰੇ ਵਿੱਚ ਉਹ ਕੈਪੇਬਿਲਿਟੀ, ਉਹ ਸਮਰੱਥਾ ਨਹੀਂ ਹੁੰਦੀ। ਸਮਰੱਥ ਗੁਰੂ ਜਿਹੜਾ ਹੈ ਉਹ ਹੀ ਹੱਥ ਧਰੇ ਅਤੇ ਪੂਰਨ ਗਿਆਨ ਅਤੇ ਪੂਰਨ ਪਰਮਾਤਮਾ ਦੀ ਪ੍ਰਾਪਤੀ ਹੁੰਦੀ, ਕਿਉਂਕਿ ਗੁਰੂ ਜਿਹੜਾ ਇਹ ਜਗਿਆਸੂ ਨੂੰ ਤਿਆਰ ਕਰਦਾ ਹੈ। ਕਿਉਂਕਿ ਪਰਮਾਤਮਾ ਮਹਾਨ ਪ੍ਰਚੰਡ ਪ੍ਰਕਾਸ਼ ਹੈ, ਉਸ ਪਰਮ ਪਿਤਾ ਪਰਮਾਤਮਾ ਦੇ ਸਾਹਮਣੇ ਖੜਾ ਹੋਣ ਵਾਸਤੇ ਗੁਰੂ ਸੇਵਕ ਨੂੰ ਤਿਆਰ ਕਰਦਾ। ਜਿਵੇਂ ਮਾਲੀ ਆਪਣੇ ਬਾਗ ਦੇ ਵਿੱਚ ਪੌਦਿਆਂ ਨੂੰ ਤਿਆਰ ਕਰਦਾ, ਪਿਆਰ ਕਰਦਾ, ਉਹਨਾਂ ਨੂੰ ਸਿੰਜਦਾ, ਪਾਣੀ ਦਿੰਦਾ। ਕਈ ਪੌਦੇ ਐਸੇ ਹੁੰਦੇ ਜਿਹੜੇ ਸੂਰਜ ਦੀ ਰੋਸ਼ਨੀ ਨੂੰ ਸਹਾਰ ਨਹੀਂ ਸਕਦੇ, ਕਿ ਪਰਮਾਤਮਾ ਮਹਾਨ ਗਿਆਨ ਹੈ, ਮਹਾਨ ਚਾਨਣ ਹੈ, ਉਹਦੇ ਵੱਲ ਵੇਖਣਾ ਅੱਖਾਂ 'ਚੋਂ ਦੇ ਆ ਜਾਂਦੀਆਂ ਨੇ ਕਈ ਦਫ਼ਾ। ਭਾਈ ਵੀਰ ਸਿੰਘ ਨੇ ਕਿਹਾ ਕਿ ਸੁਪਨੇ ਵਿੱਚ ਤੁਸੀਂ ਮਿਲੇ ਆ ਸਾਨੂੰ, ਇਹ ਤੁਸੀਂ ਕਵਿਤਾ ਪੜ੍ਹ ਕੇ ਦੇਖੋਗੇ, ਉਹ 'ਚ ਜ਼ਿਕਰ ਕੀਤਾ, ਅਸਾਂ ਤਾਂ ਆ ਗਲਵੱਕੜੀ ਪਾਈ ਪਰ ਨਿਰਾ ਨੂਰ ਤੁਸੀਂ ਹੱਥ ਨਹੀਂ ਆਈ, ਸਾਡੀ ਕੰਮ ਦੀ ਰਹੀ ਕਲਾਈ। ਉਹ ਮਹਾਨ ਪ੍ਰਕਾਸ਼ ਹੈ। ਆਮ ਸੂਰਜ ਵੱਲ ਵੇਖਣਾ ਹੋਵੇ ਤਾਂ ਸੂਰਜ ਅੱਖਾਂ ਜਿਹੜਾ ਉਹ ਬੰਦ ਕਰਾ ਦਿੰਦਾ ਹੈ, ਅਤੇ ਇਤਨਾ ਮਹਾਨ ਚਾਨਣ ਵੇਖਣ ਵਾਸਤੇ ਕੈਸੀਆਂ ਨਜ਼ਰਾਂ ਗੁਰੂ ਉਪਲਬਧ ਕਰਵਾਉਂਦਾ ਹੈ। ਉਹ ਪੂਰਾ ਗੁਰੂ ਜਿਹੜਾ ਉਹ ਜਿਸ ਤਰ੍ਹਾਂ ਇੱਕ ਮਾਲੀ ਕਈ ਪ੍ਰਕਾਸ਼ ਨਹੀਂ ਸਹਾਰ, ਮੈਂ ਬੇਨਤੀ ਕੀਤੀ ਨਾ, ਕਈ ਪੌਦੇ ਜਿਹੜੇ ਨੇ ਉਹ ਸੂਰਜ ਦੀ ਰੋਸ਼ਨੀ ਨੂੰ ਸਹਾਰਦੇ ਨਹੀਂ, ਉਹ ਫਿਰ ਮਾਲੀ ਜਿਹੜਾ ਉਹਨਾਂ ਨੂੰ ਛਾਵੇ ਰੱਖਦਾ ਜਾਂ ਕਿਸੇ ਓਟ ਦੇ ਵਿੱਚ ਰੱਖਦਾ ਹੈ, ਉਹਨਾਂ ਨੂੰ ਪਹਿਲਾਂ ਤਿਆਰ ਕਰਦਾ ਹੈ ਅਤੇ ਫਿਰ ਉਹ ਪ੍ਰਕਾਸ਼ ਦੇ ਸਾਹਮਣੇ, ਉਸ ਲਾਈਟ ਦੇ ਸਾਹਮਣੇ ਲੈ ਕੇ ਆਉਂਦਾ ਹੈ। ਇਸ ਤਰ੍ਹਾਂ ਪੂਰਾ ਗੁਰੂ ਸੇਵਕ ਨੂੰ ਪੂਰਨ ਰੂਪ ਦੇ ਵਿੱਚ ਤਿਆਰ ਜਦੋਂ ਕਰ ਦਿੰਦਾ ਹੈ, ਅਤੇ ਫਿਰ ਗੁਰੂ ਜਿਹੜਾ ਉਹ ਪਰਮਾਤਮਾ ਦੇ ਹੱਥ ਸੇਵਕ ਦੀ ਬਾਂਹ ਫੜਾ ਦਿੰਦਾ, ਫਿਰ ਗੁਰਪੂਰੇ ਪਿਤਾ ਸੰਗ ਉਦੋਂ ਮਿਲਾਪ
ਪਿਤਾ ਤੇ ਪੁੱਤ ਰਲ ਕੀ ਨੀ ਸਾਂਝ। ਕਹੋ ਨਾਨਕ ਜੋ ਪਿਤਾ ਪਤੀ ਨੇ ਪਿਤਾ ਪੁੱਤ ਇੱਕ ਰੰਗ ਲੀਂਦੇ, ਉਦੋਂ ਫਿਰ ਆਨੰਦ ਜਿਹੜਾ ਉਹ ਪੈਦਾ ਹੁੰਦਾ। ਤੋ ਇਸ ਆਨੰਦ ਦੀ ਪ੍ਰਾਪਤੀ ਵਾਸਤੇ ਅਸੀਂ ਗੁਰੂ ਦੇ ਚਰਨਾਂ ਵਿੱਚ ਆਉਂਦੇ ਹਾਂ। ਹਰ ਇੱਕ ਆਦਮੀ ਦੀ ਇਹ ਇੱਛਾ ਹੈ ਕਿ ਮੈਨੂੰ ਆਨੰਦ ਮਿਲੇ, ਮੈਂ ਆਨੰਦਿਤ ਹੋਵਾਂ, ਅਤੇ ਮੈਨੂੰ ਖੇੜਾ ਜਿਹੜਾ ਮੇਰੇ ਹਿਰਦੇ ਵਿੱਚ ਸਦਾ ਇਸਦੀ ਵੀ ਇਹ ਟਿਕੇ।